ਅੱਜ ਆਪਾਂ ਇਸ ਵੀਡੀਓ ਵਿੱਚ ਕੋਫੀਸ਼ੀਐਂਟ ਆਫ ਦੀ ਕੋਰ ਰਿਲੇਸ਼ਨ ਪਤਾ ਕਰਨਾ। ਕੁਐਸਚਨ ਹੈਗਾ, ਇਫ ਕੋਵੇਰੀਅੰਸ ਬਿਟਵੀਨ ਐਕਸ ਐਂਡ ਵਾਈ ਵੇਰੀਏਬਲਸ ਇਜ਼ 10 ਐਂਡ ਦੀ ਵੇਰੀਅੰਸ ਆਫ ਦੀ ਐਕਸ ਐਂਡ ਵਾਈ ਆਰ ਰਿਸਪੈਕਟਿਵਲੀ 16 ਐਂਡ 9, ਫਾਈਂਡ ਦੀ ਕੋਫੀਸ਼ੀਐਂਟ ਆਫ ਦੀ ਕੋਰਿਲੇਸ਼ਨ। ਅਸੀਂ ਕੋਫੀਸ਼ੀਐਂਟ ਪਤਾ ਕਰਨਾ ਕੋਰਿਲੇਸ਼ਨਸ ਦਾ। ਸਾਡੇ ਕੋਲ ਕੀ ਆ, ਗਿਵਨ ਕੀ ਆ, ਕੋਵੇਰੀਅੰਸ ਦਿੱਤਾ ਹੋਇਆ 10 ਅਤੇ ਵੇਰੀਅੰਸ ਦਿੱਤੇ ਹੋਏ ਆ ਐਕਸ ਅਤੇ ਵਾਈ ਦੇ 16 ਐਂਡ 9। ਕੋਵੇਰੀਅੰਸ ਆਫ ਐਕਸ ਐਂਡ ਵਾਈ ਇਜ਼ ਇਕੁਅਲ ਟੂ ਸਮੇਸ਼ਨ, ਇਹ ਹੁੰਦਾ ਸਾਡੇ ਕੋਲ ਕੋਵੇਰੀਅੰਸ ਹੁੰਦਾ ਐਕਸ ਅਤੇ ਵਾਈ ਵੇਰੀਏਬਲਸ ਦਾ, ਐਕਸ ਸਮੇਸ਼ਨ ਐਕਸ ਵਾਈ ਡਿਵਾਈਡ ਐਨ, ਇਹਦੇ ਇਕੁਅਲ ਹੁੰਦਾ। ਅਤੇ ਇਹ ਸਾਡੇ ਕੋਲ ਗਿਵਨ ਆ 10 ਦੇ, ਇਹ 10 ਦੇ ਗਿਵਨ ਆ। ਜਿਹੜਾ ਕੋਵੇਰੀਅੰਸ ਆ, ਕੋਵੇਰੀਅੰਸ ਆਫ ਐਕਸ ਐਂਡ ਵਾਈ ਵੇਰੀਏਬਲਸ ਦਾ, ਇਹ ਹੁੰਦਾ ਸਾਡੇ ਕੋਲ ਫਾਰਮੂਲਾ ਸਮੇਸ਼ਨ ਐਕਸ ਵਾਈ ਓਵਰ ਐਨ ਦੇ ਇਕੁਅਲ। ਪਰ ਇਹ ਸਾਡੇ ਕੋਲ ਗਿਵਨ ਆ 10, ਅਤੇ ਵੇਰੀਅੰਸ ਸਾਡੇ ਕੋਲ ਕਿਹੜੇ ਆ, ਵੇਰੀਅੰਸ ਆਫ ਐਕਸ ਇਜ਼ੀਕਲ ਟੂ 16, ਇਹ ਗਿਵਨ ਆ 16 ਗਿਵਨ ਆ, ਅਤੇ ਵੇਰੀਅੰਸ ਆਫ ਵਾਈ ਇਜ਼ 9। ਵੇਰੀਅੰਸ ਆਫ ਵਾਈ ਸਾਡੇ ਕੋਲ ਹੈਗਾ 9। ਵੇਰੀਅੰਸ ਜਿਹੜਾ ਹੁੰਦਾ ਸਾਡੇ ਕੋਲ ਉਹ ਸਟੈਂਡਰਡ ਡਿਵੀਏਸ਼ਨ ਦਾ ਸਕੇਅਰ ਹੁੰਦਾ ਵਾ। ਪਰ ਸਟੈਂਡਰਡ ਡਿਵੀਏਸ਼ਨ ਜਿਹੜੀ ਹੁੰਦੀ ਆ ਉਹ ਹੁੰਦਾ ਸਾਡੇ ਕੋਲ ਵੇਰੀਅੰਸ ਦਾ ਅੰਡਰ ਰੂਟ। ਇਹ ਸਾਡੇ ਕੋਲ ਵੇਰੀਅੰਸ ਸਾਡੇ ਕੋਲ ਕਿੰਨਾ ਵਾ, 16 ਆ। ਸਟੈਂਡਰਡ ਡਿਵੀਏਸ਼ਨ ਐਕਸ ਇਜ਼ ਇਕੁਅਲ ਟੂ ਵੇਰੀਅੰਸ ਦੇ ਇਕੁਅਲ ਹੁੰਦਾ, ਵੇਰੀਅੰਸ ਦੇ ਅੰਡਰ ਰੂਟ ਦੇ ਇਕੁਅਲ ਹੁੰਦਾ। ਇਹ ਸਾਡੇ ਕੋਲ ਗਿਵਨ ਆ ਐਕਸ ਦੀ ਵੈਲਿਊ 16, ਕੋਵੇਰੀਅੰਸ ਵੇਰੀਅੰਸ ਕੋਵੇਰੀਅੰਸ ਸਾਡੇ ਕੋਲ 10 ਆ, ਵੇਰੀਅੰਸ ਐਕਸ ਵੇਰੀਏਬਲ ਦਾ 16 ਆ, ਵੇਰੀਅੰਸ ਆਫ ਵਾਈ ਵੇਰੀਏਬਲਸ ਦਾ 9 ਆ। ਸਟੈਂਡਰਡ ਡਿਵੀਏਸ਼ਨ ਹੁੰਦਾ ਸਾਡੇ ਕੋਲ ਵੇਰੀਅੰਸ ਦਾ ਅੰਡਰ ਰੂਟ, ਇਹ ਹੈਗਾ ਐਕਸ ਦਾ 16। ਸਟੈਂਡਰਡ ਡਿਵੀਏਸ਼ਨ ਵਾਈ ਸਾਡੇ ਕੋਲ ਹੈਗਾ ਅੰਡਰ ਰੂਟ ਆਫ ਵਾਈ, ਇਹ ਹੈਗਾ ਸਾਡੇ ਕੋਲ 9 ਦਾ ਅੰਡਰ ਰੂਟ। ਹੁਣ ਅਸੀਂ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਦਾ ਫਾਰਮੂਲਾ ਲਾਉਣਾ। ਆਰ ਇਜ਼ ਇਕੁਅਲ ਟੂ ਸਮੇਸ਼ਨ ਐਕਸ ਵਾਈ ਓਵਰ ਐਨ ਇੰਟੂ ਸਟੈਂਡਰਡ ਡਿਵੀਏਸ਼ਨ ਐਕਸ ਇੰਟੂ ਸਟੈਂਡਰਡ ਡਿਵੀਏਸ਼ਨ ਵਾਈ, ਇਹ ਉਹਦਾ ਫਾਰਮੂਲਾ ਹੁੰਦਾ। ਇਹ ਸਾਡੇ ਕੋਲ ਵੈਲਿਊਜ਼ ਗਿਵਨ ਨੇ, ਇਹ ਵੈਲਿਊ ਦੀ ਹੈਗੀ ਸਾਡੇ ਕੋਲ ਗਿਵਨ 10। ਸਟੈਂਡਰਡ ਡਿਵੀਏਸ਼ਨ ਐਕਸ ਹੀ ਹੈਗੀ ਸਾਡੇ ਕੋਲ ਅੰਡਰ ਰੂਟ 16, ਇਹ ਹੈਗੇ ਅੰਡਰ ਰੂਟ 9, ਇਹਨੂੰ ਅਸੀਂ 3 ਲਿਖ ਸਕ 4 ਲਿਖ ਸਕਦੇ ਹਾਂ, 16 ਦਾ ਅੰਡਰ ਰੂਟ 4, ਅੰਡਰ ਰੂਟ 9 ਦਾ 3, ਇਹਦੀ ਵੈਲਿਊ ਪੁੱਟ ਕਰ ਦਾਂਗੇ। ਇਹ ਸਾਡੇ ਕੋਲ ਹੈਗੀ ਆ 4 ਇੰਟੂ 3, 10 ਇੰਟੂ 12, 2 5 ਜ਼ਾ 10, 2 6 ਜ਼ਾ 12,
r is equal to 5 over 6 inu divide karange 0.8 fir 2 6 3 is 18 fir 6 3 is 18 ਇਹ ਆ ਗਿਆ ਸਾਡੇ ਕੋਲ ਕੋਫੀਸ਼ੀਐਂਟ ਆਫ ਦੀ ਕੋਰਿਲੇਸ਼ਨ 0.833 ਇਹ ਸਾਡੇ ਕੋਲ ਆਨਸਰ ਆ ਗਿਆ ਕੁਐਸਚਨ ਦੇ ਵਿੱਚ ਸਾਡੇ ਕੋਲ ਜਿਹੜਾ ਕੋਵੇਰੀਐਂਸ ਗਿਵਨ ਸੀਗਾ ਅਤੇ ਵੇਰੀਐਂਸ ਗਿਵਨ ਸੀਗਾ ਐਕਸ ਅਤੇ ਵਾਈ ਵੇਰੀਏਬਲਸ ਦਾ ਅਤੇ ਅਸੀਂ ਕੋਵੇਰੀਐਂਸ ਜਿਹੜਾ ਵਾ ਐਕਸ ਐਂਡ ਵਾਈ ਕਿਹਦੇ ਇਕੁਅਲ ਹੁੰਦਾ ਸਮੇਸ਼ਨ ਐਕਸ ਵਾਈ ਓਵਰ ਐਨ ਦੇ ਇਹ ਸਾਡੇ ਕੋਲ ਗਿਵਨ ਸੀ 10 ਵੇਰੀਅੰਸ ਆਫ x ਇਜ ਇਕਲ ਟੂ 16 ਸੀ ਵੇਰੀਅੰਸ ਆਫ y ਇਜ ਇਕਲ ਟੂ 9 ਸੀ ਪਰ ਸਟੈਂਡਰਡ ਡਿਵੀਏਸ਼ਨ ਸਾਡੇ ਕੋਲ ਹੁੰਦਾ ਅੰਡਰ ਰੂਟ ਵੇਰੀਅੰਸ ਇਹ ਸੀਗਾ ਸਾਡੇ ਕੋਲ 16 ਉਹਦਾ ਅੰਡਰ ਰੂਟ ਫਿਰ 9 ਦਾ ਅੰਡਰ ਰੂਟ 4 ਆ ਗਿਆ 3 ਆ ਗਿਆ ਅਤੇ ਕੋਫੀਸ਼ੀਐਂਟ ਆਫ ਦੀ ਕੋਰਿਲੇਸ਼ਨ ਜਿਹੜਾ ਸੀਗਾ ਉਹਦਾ ਫਾਰਮੂਲਾ ਲਾ ਲਿਆ ਸਮੇਸ਼ਨ x y ਡਿਵਾਈਡ n ਇੰਟੂ ਸਟੈਂਡਰਡ ਡਿਵੀਏਸ਼ਨ ਐਕਸ ਸਟੈਂਡਰਡ ਡਿਵੀਏਸ਼ਨ ਆਫ ਵਾਈ ਵੈਲਿਊ ਸਪੋਰਟ ਕਰਤੀਆਂ ਇਹਦੀਆਂ ਅਤੇ ਆਨਸਰ ਆ ਗਿਆ 0.33 ਇਹ ਸੀਗਾ ਕੋਫੀਸ਼ੀਐਂਟ ਆਫ ਦੀ ਕੋਰਿਲੇਸ਼ਨ ਜੇਕਰ ਤੁਹਾਨੂੰ ਸਾਡਾ ਇਹ ਸਮਝ ਲੱਗ ਗਿਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ